हाँ जी, सत श्री अकाल दोस्तों, तुहाडा स्वागत है जी साडे YouTube चैनल हरीका जॉब अलर्ट दे उत्ते। दोस्तों अज तुहाडे लई जॉब नोटिफिकेशन लैके आए जी, सिक्योरिटीज एंड एक्सचेंज बोर्ड ऑफ इंडिया, सेबी कहिंदे ने जिहनूं, SEBI ते सेंटर गवर्नमेंट दा डिपार्टमेंट है दोस्तों, गवर्नमेंट ऑफ इंडिया दे अंडर आउंदा है। इहदे विच रिक्रूटमेंट आई है जी ऑफिसर ग्रेड ए दे लई, असिस्टेंट मैनेजर लैवल दी। ਅਤੇ ਇਹਦੇ ਵਿੱਚ ਸਟਰੀਮਸ ਕਿਹੜੀਆਂ ਕਿਹੜੀਆਂ ਸਿਲੈਕਟ ਕਰਨੀਆਂ ਜੀ, ਉਹਨਾਂ ਨੇ ਜਨਰਲ ਸਟਰੀਮ, ਲੀਗਲ ਸਟਰੀਮ, ਇਨਫੋਰਮੇਸ਼ਨ ਟੈਕਨੋਲੋਜੀ ਸਟਰੀਮ, ਇੰਜੀਨੀਅਰਿੰਗ ਸਟਰੀਮ, ਰਿਸਰਚ ਸਟਰੀਮ ਐਂਡ ਅਫੀਸ਼ੀਅਲ ਲੈਂਗੁਏਜ ਸਟਰੀਮ 2020, ਠੀਕ ਹੈ ਜੀ। ਅਤੇ ਸੇਬੀ ਦੀ ਗੱਲ ਕਰੀਏ ਤਾਂ ਸੇਬੀ ਬੇਸਿਕਲੀ ਇੱਕ ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਹੈ ਇੰਡੀਆ ਦਾ, ਜਿਹੜਾ ਕਿ ਤੁਹਾਡੇ ਜੋ ਵੀ ਬੈਂਕਿੰਗ ਲੈਵਲ ਦੇ ਹੁੰਦੇ ਆ ਸਿਸਟਮ, ਉਹਨਾਂ ਨੂੰ ਮੇਨਟੇਨੈਂਸ ਕਰਦਾ, ਉਹਨਾਂ ਨੂੰ ਕੰਟਰੋਲ ਕਰਦਾ ਸੇਬੀ। ਜਿਵੇਂ ਕਿ ਹੁਣ ਪਿੱਛੇ ਜੇ ਪੀਅਰਲੈਸ ਕੰਪਨੀ ਸੀ ਜਿਹੜੀ, ਅਤੇ ਉਹ ਪਿੱਛੇ ਜੇ ਰਫੂ ਚੱਕਰ ਹੋ ਗਈ ਸੀ, ਕਾਫੀ ਪੈਸੇ ਲੈ ਕੇ ਜਨਤਾ ਦੇ, ਅਤੇ ਉਹ ਜਿਹੜੇ ਪੈਸੇ ਹੁਣ ਵਾਪਸ ਕਰਵਾਏ ਨੇ ਉਹ ਸੇਬੀ ਨੇ ਕਰਵਾਏ ਨੇ। ਤਾਂ ਪਿੱਛੇ ਜੇ ਫਾਰਮ ਭਰੇ ਜਾਂਦੇ ਸੀਗੇ, ਤਾਂ ਜਿਨ੍ਹਾਂ ਨੇ ਭਰੇ ਨੇ ਉਹਨਾਂ ਨੂੰ ਨੌਲੇਜ ਹੋਊਗੀ ਇਸ ਬਾਰੇ 'ਚ। ਤਾਂ ਦੋਸਤੋ ਐਸੀਆਂ ਚੀਜ਼ਾਂ ਦੀ ਜਿਹੜਾ ਰੱਖ ਰਖਾਵ ਕਰਦਾ ਉਹ ਸੇਬੀ ਕਰਦਾ, ਅਤੇ ਇਹਦੇ ਅੰਡਰ ਕਾਫੀ ਅਦਾਰੇ ਆਉਂਦੇ ਆ ਆਪਣੇ। ਅਤੇ ਇਹਦੇ ਵਿੱਚ ਦੋਸਤੋ ਆਫੀਸਰ ਰੱਖਣੇ ਆ ਜੀ, ਔਨਲਾਈਨ ਐਪਲੀਕੇਸ਼ਨ ਫਾਰਮ ਨੇ, ਅਤੇ 7 ਮਾਰਚ 2020 ਤੋਂ ਲੈ ਕੇ 23 ਮਾਰਚ 2020 ਤੱਕ ਇਹਦੇ ਫਾਰਮ ਭਰੇ ਜਾਣੇ ਨੇ, ਔਨਲਾਈਨ ਭਰਨੇ ਸਟਾਰਟ ਹੋ ਚੁੱਕੇ ਨੇ ਦੋਸਤੋ। ਅਤੇ ਜਿਹੜੇ ਤੁਹਾਡੇ ਐਡਮਿਟ ਕਾਰਡ ਨੇ ਉਹਦੀ ਜਾਣਕਾਰੀ ਤੁਹਾਨੂੰ ਈਮੇਲ ਜਾਂ SMS ਰਾਹੀਂ ਆਏਗੀ ਮੋਬਾਈਲ 'ਤੇ। ਅਤੇ ਜਿਹੜਾ ਫੇਸ 1 ਔਨਲਾਈਨ ਐਗਜ਼ਾਮੀਨੇਸ਼ਨ ਹੋਣਾ ਹੈ ਉਹ 12 ਅਪ੍ਰੈਲ 2020 ਨੂੰ ਹੋਣਾ ਹੈ, ਫੇਸ 2 ਔਨਲਾਈਨ ਐਗਜ਼ਾਮੀਨੇਸ਼ਨ ਹੈ ਜੀ ਮਈ 3 2020 ਨੂੰ, ਅਤੇ ਇੰਟਰਵਿਊ ਦੀ ਡੇਟ ਬਾਅਦ ਦੇ ਵਿੱਚ ਦੱਸੀ ਜਾਵੇਗੀ, ਠੀਕ ਹੈ ਜੀ। ਸਿਲੈਕਸ਼ਨ ਪ੍ਰੋਸੀਜਰ ਆ ਜਿਹੜਾ ਇੱਦਾਂ ਦਾ। ਅਤੇ ਦੋਸਤੋ ਇੱਥੇ ਲਿਖਿਆ ਵੀ ਹੋਇਆ, ਪੇਪਰ 2 ਆਫ ਫੇਸ 2 ਫੋਰ IT ਸਟਰੀਮ ਸ਼ੈਲ ਬੀ ਹੈਲਡ ਸੈਪਰੇਟਲੀ, ਦਾ ਡਿਟੇਲਸ ਆਫ ਵਿਚ ਸ਼ੈਲ ਬੀ ਅਵੇਲੇਬਲ ਔਨ ਸੇਬੀ ਵੈਬਸਾਈਟ, ਠੀਕ ਹੈ ਜੀ। ਜਿਹੜਾ ਪੇਪਰ 2 ਹੋਣਾ, ਫੇਸ 2 ਦਾ ਪੇਪਰ ਹੋਣਾ ਜਿਹੜਾ IT ਸਟਰੀਮ ਦੇ ਲਈ, ਉਹ ਵੱਖਰਾ ਲਿਆ ਜਾਵੇਗਾ, ਉਹਦੀ ਡਿਟੇਲ ਆ ਜਿਹੜੀ ਬਾਅਦ ਦੇ ਵਿੱਚ ਇਹਨਾਂ ਵੱਲੋਂ ਦੱਸੀ ਜਾਵੇਗੀ। ਅਤੇ ਹੁਣ ਦੋਸਤੋ ਦੇਖਦੇ ਹਾਂ ਨੰਬਰ ਆਫ ਪੋਸਟਾਂ ਕਿੰਨੀਆਂ ਜੀ। ਤਾਂ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਜੀ ਸਟਰੀਮ ਦੀ, ਤਾਂ ਜਨਰਲ ਸਟਰੀਮ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕੈਟੇਗਰੀ ਵਾਈਜ਼ ਤੁਸੀਂ ਚੈੱਕ ਕਰ ਲਿਓ ਆਪਣੀਆਂ, ਟੋਟਲ 80 ਪੋਸਟ ਹੈ ਜੀ। ਤਾਂ ਇਹਦੇ ਲਈ ਦੋਸਤੋ UR, OBC, SC, ST, EWS ਵਾਲੇ ਅਪਲਾਈ ਕਰ ਸਕਦੇ ਆ, PWD ਵੀ ਅਪਲਾਈ ਕਰ ਸਕਦੇ ਆ। ਤਾਂ ਕੁਆਲੀਫਿਕੇਸ਼ਨ ਨੋਟ ਕਰ ਲਓ ਜੀ, ਮਾਸਟਰ ਡਿਗਰੀ ਇਨ ਐਨੀ ਡਿਸਿਪਲਿਨ, ਬੈਚਲਰਸ ਡਿਗਰੀ ਇਨ ਲਾਅ, ਬੈਚਲਰਸ ਡਿਗਰੀ ਇਨ ਇੰਜੀਨੀਅਰਿੰਗ ਫਰੋਮ ਏ ਰੈਕਗਨਾਈਜ਼ ਯੂਨੀਵਰਸਿਟੀ, CA ਜਾਂ CFA ਜਾਂ CSE ਜਾਂ ਕੋਸਟ ਅਕਾਊਂਟੈਂਟ। ਤੁਸੀਂ ਜਿਹੜੀ ਮਾਸਟਰ ਡਿਗਰੀ ਆ ਉਹ ਕਿਸੇ ਵੀ ਸਟਰੀਮ ਦੇ ਵਿੱਚ ਕੀਤੀ ਹੋਵੇ, ਬੈਚਲਰ ਡਿਗਰੀ ਆ ਜਿਹੜੀ ਲਾਅ ਦੇ ਵਿੱਚ ਕੀਤੀ ਹੋਵੇ, ਅਤੇ ਇਹ ਕੁਆਲੀਫਿਕੇਸ਼ਨ ਮਤਲਬ ਤੁਹਾਡੇ ਕੋਲ ਹੋਣੀ ਚਾਹੀਦੀ ਆ, ਬੈਚਲਰ ਡਿਗਰੀ ਆ ਜਿਹੜੀ ਲਾਅ ਦੇ ਵਿੱਚ ਕੀਤੀ ਹੋਵੇ, LLB ਵਗੈਰਾ, ਅਤੇ ਜਾਂ ਫਿਰ ਬੈਚਲਰ ਡਿਗਰੀ ਆ ਜਿਹੜੀ ਇੰਜੀਨੀਅਰਿੰਗ ਦੇ ਵਿੱਚ ਕੀਤੀ ਹੋਵੇ, ਠੀਕ ਹੈ ਜੀ, ਤਾਂ ਤੁਸੀਂ ਇਹਦੇ 'ਚ ਅਪਲਾਈ ਕਰ ਸਕਦੇ ਹੋ। ਅਤੇ ਅੱਗੇ ਦੇਖਦੇ ਹਾਂ ਦੋਸਤੋ, ਅੱਗੇ ਆ ਜੀ ਲੀਗਲ ਸਟਰੀਮ। ਲੀਗਲ ਸਟਰੀਮ ਦੇ ਲਈ ਟੋਟਲ 28 ਪੋਸਟ ਹੈ ਜੀ। ਤਾਂ 28 ਦੇ ਵਿੱਚ ਦੋਸਤੋ ਬੈਚਲਰ ਡਿਗਰੀ ਇਨ ਲਾਅ ਹੋਣੀ ਚਾਹੀਦੀ ਹੈ ਤੁਹਾਡੀ, LLB ਵਗੈਰਾ। ਅਤੇ IT ਦੇ ਲਈ ਦੋਸਤੋ 17 ਅਤੇ 5 22 ਪੋਸਟ ਹੈ ਜੀ IT ਦੇ ਲਈ। ਅਤੇ ਇਹਦੇ ਵਿੱਚ ਦੋਸਤੋ ਬੈਚਲਰ ਡਿਗਰੀ ਇਨ ਇੰਜੀਨੀਅਰਿੰਗ ਹੋਣੀ ਚਾਹੀਦੀ ਹੈ ਤੁਹਾਡੀ। ਇੰਜੀਨੀਅਰਿੰਗ ਦੇ ਵਿੱਚ ਸਟਰੀਮਸ ਨੋਟ ਕਰ ਲਓ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ, IT, CS, ਇਹਨਾਂ ਦੇ ਵਿੱਚੋਂ ਕੋਈ ਵੀ ਸਟਰੀਮ ਹੋਵੇ ਤੁਹਾਡੀ ਬੈਚਲਰ ਡਿਗਰੀ ਦੇ ਵਿੱਚ, ਜਾਂ ਫਿਰ ਤੁਸੀਂ MCA ਕੀਤੀ ਹੋਵੇ, ਜਾਂ ਫਿਰ ਬੈਚਲਰ ਡਿਗਰੀ ਇਨ ਐਨੀ ਡਿਸਿਪਲਿਨ ਵਿਦ ਅ ਪੋਸਟ ਗ੍ਰੈਜੂਏਟ ਕੁਆਲੀਫਿਕੇਸ਼ਨ, ਠੀਕ ਹੈ ਜੀ। ਕੋਈ ਵੀ ਤੁਹਾਡੇ ਕੋਲ ਬੈਚਲਰ ਡਿਗਰੀ ਆ ਤਾਂ ਤੁਹਾਡੇ ਕੋਲ ਪੋਸਟ ਗ੍ਰੈਜੂਏਸ਼ਨ ਹੈ ਜਿਹੜੀ ਤੁਹਾਡੀ ਕੰਪਿਊਟਰ ਜਾਂ IT ਦੇ ਵਿੱਚ ਹੋਣੀ ਚਾਹੀਦੀ ਹੈ, ਜਿਵੇਂ ਕਿ MS IT ਵਗੈਰਾ, MSc IT ਵਗੈਰਾ, ਠੀਕ ਹੈ ਜੀ। ਇੰਜੀਨੀਅਰਿੰਗ ਸਿਵਲ ਦੇ ਲਈ ਦੋਸਤੋ 1 ਪੋਸਟ ਹੈ ਜੀ, ਇਹਦੇ ਲਈ ਬੈਚਲਰ ਡਿਗਰੀ ਇਨ ਸਿਵਲ ਇੰਜੀਨੀਅਰਿੰਗ ਤੁਸੀਂ ਕੀਤੀ ਹੋਵੇ। ਇੰਜੀਨੀਅਰਿੰਗ ਇਲੈਕਟ੍ਰੀਕਲ ਦੇ ਲਈ ਦੋਸਤੋ 4 ਪੋਸਟ ਹੈ ਜੀ, ਇਹਦੇ ਲਈ ਤੁਸੀਂ ਬੈਚਲਰ ਡਿਗਰੀ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਕੀਤੀ ਹੋਵੇ। ਰਿਸਰਚ ਦੇ ਲਈ 5 ਪੋਸਟ ਹੈ ਜੀ, ਮਾਸਟਰ ਡਿਗਰੀ ਇਨ ਸਟੈਟਿਸਟਿਕਸ ਜਾਂ ਇਕਨੋਮਿਕਸ ਜਾਂ ਕਮਰਸ ਜਾਂ ਬਿਜ਼ਨਸ ਐਡਮਿਨਿਸਟ੍ਰੇਸ਼ਨ, ਫਾਈਨਾਂਸ ਜਾਂ ਇਕੋਨੋਮੈਟ੍ਰਿਕਸ ਇਹਦੇ ਵਿੱਚ ਕੀਤੀ ਹੋਵੇ। ਆਫੀਸ਼ੀਅਲ ਲੈਂਗੁਏਜ ਦੇ ਲਈ 1 ਪੋਸਟ ਹੈ ਜੀ, ਮਾਸਟਰ ਡਿਗਰੀ ਕੀਤੀ ਹੋਵੇ ਹਿੰਦੀ ਦੇ ਵਿੱਚ। ਅਤੇ ਦੋਸਤੋ ਬੈਚਲਰ ਡਿਗਰੀ ਦੇ ਵਿੱਚ ਇੰਗਲਿਸ਼ ਹੋਣਾ ਸਬਜੈਕਟ ਜ਼ਰੂਰੀ ਆ ਤੁਹਾਡਾ ਬੈਚਲਰ ਲੈਵਲ 'ਤੇ, ਠੀਕ ਹੈ ਜੀ। ਅਤੇ ਇਹ ਸੀਗੀਆਂ ਤੁਹਾਡੀਆਂ ਕੁਆਲੀਫਿਕੇਸ਼ਨਾਂ ਜਿਹੜੀਆਂ ਅਪਲਾਈ ਕਰਨ ਲਈ ਚਾਹੀਦੀਆਂ ਸੀ। ਏਜ ਲਿਮਿਟ ਦੀ ਏਜ ਲਿਮਿਟ ਨੋਟ ਕਰ ਲਓ ਜੀ,
ਉਹ ਜਿਹੜੀ ਮੈਕਸਿਮਮ ਤੁਹਾਡੀ ਏਜ ਲਿਮਿਟ ਆ ਉਹ 30 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ, ਠੀਕ ਆ ਜੀ। 29 ਫਰਵਰੀ 2020 ਦੇ ਅਨੁਸਾਰ, ਅਤੇ ਤੁਹਾਡਾ ਜਨਮ ਹੈ ਜਿਹੜਾ 1 ਮਾਰਚ 1990 ਤੋਂ ਬਾਅਦ ਦਾ ਹੋਣਾ ਚਾਹੀਦਾ, ਠੀਕ ਹੈ ਜੀ, ਜਾਂ 1 ਮਾਰਚ 1990 ਦਾ ਹੋਣਾ ਚਾਹੀਦਾ ਜਾਂ ਇਹ ਤੋਂ ਬਾਅਦ ਦਾ ਹੋਣਾ ਚਾਹੀਦਾ। ਅਤੇ ਰਿਲੈਕਸੇਸ਼ਨ ਹੈ ਜਿਹੜੀ 5 ਸਾਲ ਦੀ ਐਸ ਸੀ ਦੇ ਲਈ ਆ, ਅਤੇ ਓ ਬੀ ਸੀ ਦੇ ਲਈ ਆ ਜਿਹੜੀ 3 ਸਾਲ ਦੀ ਰਿਲੈਕਸੇਸ਼ਨ ਆ ਜਿਵੇਂ ਕਿ ਹੁੰਦੀ ਆ ਗਵਰਨਮੈਂਟ ਰੂਲਸ ਦੇ ਅਕੋਰਡਿੰਗ, ਅਤੇ ਪੀ ਡਬਲਿਊ ਡੀ ਦੇ ਲਈ ਵੀ ਰਿਲੈਕਸੇਸ਼ਨ ਆ, ਉਹ ਆਪਣੀ ਚੈੱਕ ਕਰ ਲੈਣ। ਅਤੇ ਮੋਡ ਆਫ ਸਿਲੈਕਸ਼ਨ ਤੁਹਾਨੂੰ ਉੱਪਰ ਦੱਸ ਹੀ ਦਿੱਤਾ ਸੀ, ਪੇਪਰ 1 ਪੇਪਰ 2 ਹੋਣਾ, ਅਤੇ ਉਹ ਸੈਪਰੇਟ ਆਈ ਟੀ ਦਾ ਹੋਣਾ, ਉਹ ਤੁਸੀਂ ਨੋਟੀਫਿਕੇਸ਼ਨ ਦੇ ਵਿੱਚ ਡਿਟੇਲ ਦੇ ਵਿੱਚ ਚੈੱਕ ਕਰ ਲਿਓ ਕੀ ਹਿਸਾਬ ਕਿਤਾਬ ਹੈ ਇਹਦਾ। ਅਤੇ ਹੁਣ ਜਿਹੜੀ ਮੇਨ ਗੱਲ ਆ ਪੇ ਵਗੈਰਾ ਦੀ, ਤਾਂ ਪੇ ਬਹੁਤ ਹੀ ਅੱਛੀ ਮਿਲਣੀ ਆ ਤੁਹਾਨੂੰ ਸੇਬੀ ਦੇ ਵਿੱਚ, ਕਿਉਂਕਿ ਸੈਂਟਰ ਗਵਰਨਮੈਂਟ ਦੇ ਤੁਸੀਂ ਇੰਪਲਾਈ ਹੋ ਜਾਣਾ, ਠੀਕ ਹੈ ਜੀ। ਅਤੇ ਤੁਹਾਡੀ ਪੇ ਆ ਜਿਹੜੀ 55,600 ਤੱਕ ਪਹੁੰਚ ਜਾਣੀ ਆ, ਠੀਕ ਹੈ ਜੀ। ਅਤੇ ਇਸ ਤੋਂ ਇਲਾਵਾ ਦੋਸਤੋ ਐਗਜ਼ਾਮੀਨੇਸ਼ਨ ਸੈਂਟਰਾਂ ਦੀ ਗੱਲ ਕਰੀਏ, ਤਾਂ ਸੈਂਟਰ ਆ ਜਿਹੜਾ ਚੰਡੀਗੜ੍ਹ ਮੋਹਾਲੀ ਪੈਣਾ ਆਪਾਂ ਨੂੰ, ਅਤੇ ਪੰਜਾਬ ਲਈ ਚੈੱਕ ਕਰ ਲੈਂਦੇ ਹਾਂ ਜੀ, ਪੰਜਾਬ ਲਈ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਪਟਿਆਲਾ, ਇਹਨਾਂ ਦੇ ਵਿੱਚ ਤੁਸੀਂ ਐਗਜ਼ਾਮੀਨੇਸ਼ਨ ਸੈਂਟਰ ਆਪਣੇ ਨੇੜੇ ਦਾ ਸਿਲੈਕਟ ਕਰ ਸਕਦੇ ਹੋ ਜਦੋਂ ਤੁਸੀਂ ਅਪਲਾਈ ਕਰਨਾ, ਠੀਕ ਹੈ। ਅਤੇ ਅੱਗੇ ਫੀਸ ਆ ਜੀ, ਮੇਨ ਮੇਨ ਚੀਜ਼ ਜਿਹੜੀ ਦੋਸਤੋ ਜਨਰਲ ਲਈ, ਓ ਬੀ ਸੀ ਲਈ ਅਤੇ ਈ ਡਬਲਿਊ ਐਸ ਲਈ 1,000 ਰੁਪਿਆ ਫੀਸ ਆ ਜੀ, ਐਸ ਸੀ ਐਸ ਟੀ ਪੀ ਡਬਲਿਊ ਡੀ ਲਈ ਸਿਰਫ 100 ਰੁਪਿਆ ਫੀਸ ਹੈ, ਠੀਕ ਹੈ ਦੋਸਤੋ। ਅਤੇ ਲੜਕੀਆਂ ਵਗੈਰਾ ਦਾ ਇਹਦੇ 'ਚ ਨਹੀਂ ਦੱਸਿਆ ਹੋਇਆ, ਨਹੀਂ ਤਾਂ ਹੁੰਦਾ ਇਹਨਾਂ ਦਾ ਕਿ ਫੀਮੇਲ ਲਈ ਕੋਈ ਵੀ ਫੀਸ ਨਹੀਂ ਆ, ਬਟ ਕੋਈ ਕੰਸੀਡਰ ਨਹੀਂ ਕੀਤਾ ਇਹਨਾਂ ਨੇ, ਐਸ ਸੀ ਐਸ ਟੀ ਲਈ 100 ਰੁਪਿਆ ਫੀਸ ਹੈ ਜੀ। ਅਤੇ ਇਹ ਸੀ ਜਾਣਕਾਰੀ ਦੋਸਤੋ ਸੇਬੀ ਦੀ ਰਿਕਰੂਟਮੈਂਟ ਜਿਹੜੀ ਆਈ ਆ ਜੀ। ਅਤੇ ਜਿਹੜੇ ਜਿਹੜੇ ਕੈਂਡੀਡੇਟ ਐਲੀਜੀਬਲ ਆ, ਜਲਦੀ ਤੋਂ ਜਲਦੀ ਅਪਲਾਈ ਕਰੋ, ਮੌਕੇ ਦਾ ਫਾਇਦਾ ਉਠਾਓ ਦੋਸਤੋ। ਅਤੇ ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ। ਇਹੋ ਜਿਹੀਆਂ ਹੋਰ ਜਾਣਕਾਰੀਆਂ ਦੇ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਅਤੇ ਨਾਲ ਦਿੱਤਾ ਬੈਲ ਆਈਕਨ ਦਬਾ ਲਓ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।